ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਆਰਐਸਐਸ ਨੂੰ ਕੋਸਿਆ। ਉਹਨਾਂ ਇਲਜ਼ਾਮ ਲਾਇਆ ਕਿ ਆਰਐਸਐਸ ਨੇ ਕਿਸਾਨਾਂ ਦਾ ਅਪਮਾਨ ਕੀਤਾ। ਕਿਸਾਨ ਲੀਡਰ ਪੰਧੇਰ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਕੇਂਦਰ ਨੂੰ ਵੀ ਘੇਰਿਆ, ਫਿਰ ਦੁਹਰਾਇਆ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਤੱਕ ਅੰਦੋਲਨ ਜਾਰੀ ਰਹੇਗਾ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਮਨਾਉਣ ਦਾ ਐਲਾਨ ਹੋਇਆ। ਅੱਜ ਹਰਿਆਣੇ ਅਤੇ ਪੰਜਾਬ ਦੇ ਬਾਰਡਰਾਂ 'ਤੇ ਜਿਹੜਾ ਅੰਦੋਲਨ ਚੱਲ ਰਿਹਾ ਵਾ, ਉਹਨੂੰ 35ਵਾਂ ਦਿਨ ਹੋ ਗਿਆ। ਅਸੀਂ ਸ਼ੰਭੂ ਬਾਰਡਰ ਦੀ ਸਟੇਜ ਤੋਂ ਬੋਲ ਰਹੇ ਹਾਂ। ਕੱਲ੍ਹ ਜਿਹੜਾ ਆਰਐਸਐਸ ਦੇ ਮੁਖਿਆਲੇ ਨਾਗਪੁਰ ਤੋਂ ਬਿਆਨ ਆਇਆ ਵੀ ਇਹ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਦੇਸ਼ ਵਿੱਚ ਬਦਅਮਨੀ ਫੈਲਾਊਗਾ, ਇਹ ਬਹੁਤ ਖਤਰਨਾਕ ਆ ਔਰ ਇਹ ਬਹੁਤ ਨਿੰਦਾ ਕਰਨ ਵਾਲਾ ਬਿਆਨ ਆ। ਇਹ ਦੇਸ਼ ਦੇ 80 ਕਰੋੜ ਅੰਨਦਾਤੇ ਦਾ ਆਰਐਸਐਸ ਅਪਮਾਨ ਕਰ ਰਹੀ ਆ। ਉਹਦੀ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣਨੀ ਤਾਂ ਕੀ ਆ, ਉਹਦਾ ਜੇ ਸਨਮਾਨ ਨਹੀਂ ਕਰ ਸਕਦੇ ਤਾਂ ਅਪਮਾਨ ਵੀ ਤੁਹਾਨੂੰ ਕਰਨ ਦਾ ਕੋਈ ਹੱਕ ਨਹੀਂ ਹੈਗਾ। ਜਿਹੜੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਵੀ 125,000 ਸਟਾਰਟਅਪ ਹੋ ਗਿਆ ਪੂਰੇ ਦੇਸ਼ ਭਰ ਦੇ ਵਿੱਚ, ਠੀਕ ਆ ਭਾਈ, ਪਰ ਇਹਦੇ ਨਾਲ ਕਿੰਨੇ ਕੁ ਨੌਜਵਾਨ ਨੂੰ ਰੁਜ਼ਗਾਰ ਮਿਲਿਆ? ਸਭ ਤੋਂ ਵੱਡੀ ਬੇਰੁਜ਼ਗਾਰੀ ਨਾਲ ਸਾਡਾ ਦੇਸ਼ ਜੂਝ ਰਿਹਾ ਹੈਗਾ ਵਾ। ਔਰ ਇਹਦੇ ਨਾਲ ਦੀ ਨਾਲ ਜਿਹੜੀ ਸਰਕਾਰ ਪਿਛਲੇ 10 ਸਾਲਾਂ ਤੋਂ ਦੇਸ਼ ਦੇ 80 ਕਰੋੜ ਅੰਨਦਾਤੇ ਕਿਸਾਨ ਨੂੰ ਖੇਤੀ ਮੰਡੀ ਨਹੀਂ ਦਿਲਾ ਸਕੀ, ਔਰ ਖੇਤੀ ਮੰਡੀ ਦੇ ਵਿੱਚ ਚੰਗਾ ਜੋ ਵੀ ਅਸੀਂ ਪੈਦਾ ਕੀਤਾ ਉਹਦਾ ਸਹੀ ਰੇਟ ਸਾਨੂੰ ਦਵਾ ਨਹੀਂ ਸਕੇ, ਉਹਦੀ ਨੈਤਿਕਤਾ ਕੀ ਹੈਗੀ ਆ? ਉਹ ਕੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੋਟ ਮੰਗਣ ਦਾ ਅਧਿਕਾਰ ਰੱਖਦੀ ਹੈਗੀ ਆ? ਔਰ ਇਹਦੇ ਨਾਲ ਦੀ ਨਾਲ ਜਿਵੇਂ ਸਾਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾਣ ਤੋਂ ਇਹਨਾਂ ਨੇ ਅੰਦੋਲਨ ਕਰਨ ਦਾ ਅਧਿਕਾਰ ਨਹੀਂ ਦਿੱਤਾ ਹੈਗਾ ਕਿ ਇਹ ਕਿਹੜੀ ਜਮਹੂਰੀਅਤ ਹੈਗੀ ਆ। ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਨੂੰ ਕੌਮਾਂਤਰੀ ਸਰਹੱਦ ਬਣਾ ਕੇ ਰੱਖਤਾ, ਇਹ ਕੀ ਜਵਾਬ ਦੇਣਗੇ? ਜਿਨ੍ਹਾਂ ਨੇ ਸ਼ਹੀਦ ਸੁਭਕਰਨ ਸਿੰਘ ਜੀ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ, ਹਜੇ ਉਹਨਾਂ ਦੇ ਦੇਸ਼ੀ ਫੜ ਕੇ ਜੇਲ੍ਹਾਂ 'ਚ ਨਹੀਂ ਸੁੱਟੇ ਹੈਗੇ। ਔਰ ਇਹ ਸਾਰਾ ਕੁਛ ਦੇਸ਼ ਦੇਖ ਰਿਹਾ ਹੈਗਾ, ਔਰ ਇਹ ਅੰਦੋਲਨ ਬਾਈ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ MSP ਲੀਗਲ ਗਰੰਟੀ ਕਾਨੂੰਨ ਅਤੇ ਹੋਰ ਮੰਗਾਂ ਪ੍ਰਵਾਨ ਨਹੀਂ ਕੀਆ ਜਾਂਦੀਆਂ। 23 ਮਾਰਚ ਨੂੰ ਦੋਵੇਂ ਬਾਰਡਰਾਂ 'ਤੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸਾਰੇ 23 ਮਾਰਚ ਦੇ ਸ਼ਹੀਦਾਂ ਦਾ ਇੱਥੇ ਸ਼ਹੀਦੀ ਦਿਹਾੜਾ ਮਨਾਵਾਂਗੇ। ਪੰਜਾਬ, ਹਰਿਆਣਾ, ਰਾਜਸਥਾਨ ਦੇ ਸਾਰੇ UP ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਨੂੰ ਬੇਨਤੀ ਆ ਵੀ ਇਸ ਦਿਨ 'ਤੇ ਵੱਧ ਤੋਂ ਵੱਧ ਜਿਹੜਾ ਵਾ ਇਹਨਾਂ ਬਾਰਡਰਾਂ 'ਤੇ ਹਾਜ਼ਰੀ ਲਵਾਓ। ਧੰਨਵਾਦ।